ਇਹ ਹੈ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੁਬੇ। ਇਹ ਦੂਰਬੀਨ ਲੈ ਕੇ ਚੰਡੀਗੜ੍ਹ ਦੀਆਂ ਸੜਕਾਂ ਤੇ ਕੀ ਲੱਭ ਰਹੀ ਹੈ ਇਹ ਵੀ ਤੁਹਾਨੂੰ ਦੱਸਦੇ ਹਾਂ। ਦਰਅਸਲ ਕਾਂਗਰਸ ਲੱਭ ਰਹੀ ਹੈ ਚੰਡੀਗੜ੍ਹ ਤੋਂ ਬੀਜੇਪੀ ਦੀ ਸੰਸਦ ਮੈਂਬਰ ਕਿਰਨ ਖੈਰ ਨੂੰ, ਜੋ 2019 ਦੀਆਂ ਵੋਟਾਂ ਤੋਂ ਬਾਅਦ ਸ਼ਹਿਰ 'ਚ ਕਿਤੇ ਨਜ਼ਰ ਹੀ ਨਹੀਂ ਆਈ। ਦੀਪਾ ਦੁਬੇ ਨੇ ਦੁਕਾਨਾਂ 'ਚ ਜਾ ਕੇ ਵੀ ਪਤਾ ਕੀਤਾ ਪਰ ਕਿਰਨ ਖੈਰ ਕਿਤੇ ਨਹੀਂ ਮਿਲੀ। ਕਾਂਗਰਸ ਵੱਲੋਂ ਕਿਰਨ ਖੈਰ ਨੂੰ ਚੰਡੀਗੜ੍ਹ ਦੀਆਂ ਸੜਕਾਂ ਤੇ ਲੱਭਣ ਦੀ ਮੁਹਿੰਮ ਦਾ ਅਸਰ ਵੀ ਬਹੁਤ ਜਲਦੀ ਹੋਇਆ। ਬੀਜੇਪੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਰਨ ਖੈਰ ਦੇ ਗਾਇਬ ਹੋਣ ਦਾ ਕਾਰਨ ਵੀ ਦੱਸਿਆ ਗਿਆ। ਦਰਅਸਲ ਕਿਰਨ ਖੈਰ ਬਲੱਡ ਕੈਂਸਰ ਤੋਂ ਪੀੜਿਤ ਹੈ ਅਤੇ ਇਸ ਵਕਤ ਮੁੰਬਈ ਦੇ ਇੱਕ ਹਸਪਤਾਲ 'ਚ ਉਹਨਾਂ ਦਾ ਇਲਾਜ ਜਾਰੀ ਹੈ। ਦੀਪਾ ਦੁਬੇ ਨੇ ਕਿਰਨ ਖੈਰ ਦੀ ਖਰਾਬ ਸਿਹਤ ਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ, ਉਹਨਾਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਵੀ ਕੀਤੀ ਪਰ ਬੀਜੇਪੀ ਨੂੰ ਸਵਾਲ ਵੀ ਕੀਤੇ। ਦੀਪਾ ਦੁਬੇ ਨੇ ਕਿਹਾ ਕਿ ਉਹਨਾਂ ਦੀ ਸਿਹਤ ਬਾਰੇ ਜਾਣਕਾਰੀ ਦੇਣ 'ਚ ਬੀਜੇਪੀ ਨੇ ਇੰਨਾ ਵਕਤ ਕਿਉਂ ਲਗਾ ਦਿੱਤਾ, ਇਹ ਤਾਂ ਇੱਕ ਤਰੀਕੇ ਨਾਲ ਆਪਣੀ ਨਾਕਾਮਯਾਬੀ ਤੇ ਪਰਦਾ ਪਾਣਾ ਹੈ। ਉਹਨਾਂ ਸਵਾਲ ਕੀਤਾ ਕਿ ਪਾਰਕਿੰਗ 'ਚ ਸਮਾਰਟ ਫੀਚਰ ਲਗਾਏ ਜਾਣ ਨੂੰ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਿਰਨ ਖੈਰ ਨੇ ਮੁੱਖ ਮੁੱਦਾ ਬਣਾਇਆ ਸੀ, ਜਿਸ ਨੂੰ ਲੈ ਕੇ 2019 'ਚ ਨਿਗਮ ਦੀ ਜੋ ਬੈਠਕ ਹੋਈ ਸੀ ਉਸ ਦੇ ਵਿੱਚ ਪਾਰਕਿੰਗ ਦਾ ਏਜੰਡਾ ਵੀ ਮੈਡਮ ਖੈਰ ਨੇ ਪਾਸ ਕਰਵਾਇਆ ਸੀ ਪਰ ਚੋਣ ਜਿੱਤਣ ਤੋਂ ਬਾਅਦ ਸ਼ਹਿਰ 'ਚ ਕਦੇ ਨਜ਼ਰ ਹੀ ਨਹੀਂ ਆਈ। ਦੀਪਾ ਦੁਬੇ ਨੇ ਵਿਅੰਗ ਕਰਦਿਆਂ ਕਿਹਾ ਕਿ ਫਿਲਮੀ ਸਿਤਾਰੇ ਸਿਰਫ ਫਿਲਮਾਂ 'ਚ ਹੀ ਚੰਗੇ ਲੱਗਦੇ ਨੇ। ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਲੋਕ ਸਭਾ ਸਪੀਕਰ ਨੂੰ ਇੱਕ ਚਿੱਠੀ ਲਿਖੀ ਜਾਵੇਗੀ ਜਿਸ ਦੇ ਰਾਹੀਂ ਇਹ ਮੰਗ ਕੀਤੀ ਜਾਵੇਗੀ ਕਿ ਕਿਰਨ ਖੈਰ ਨੂੰ ਸੰਸਦ ਮੈਂਬਰ ਦੇ ਤੌਰ ਤੇ ਜੋ ਸੈਲਰੀ ਮਿਲਦੀ ਹੈ ਉਹ ਨਾ ਦਿੱਤੀ ਜਾਵੇ, ਕਿਉਂਕਿ ਜਿਸ ਕੰਮ ਲਈ ਉਹਨਾਂ ਨੂੰ ਤਨਖਾਹ ਮਿਲਦੀ ਹੈ ਉਹ ਕੰਮ ਤਾਂ ਕਿਰਨ ਖੈਰ ਨੇ ਕਦੀ ਕੀਤਾ ਹੀ ਨਹੀਂ।